ਉਧਰ ਅੰਮ੍ਰਿਤਸਰ ਵਿੱਚ ਵੀ ਸੀਆਈਏ ਸਟਾਫ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ਤੇ ਜੰਮੂ ਕਸ਼ਮੀਰ ਦੇ ਪੁਲਵਾਮਾ ਨਿਵਾਸੀ ਦੋ ਤਸਕਰਾਂ ਨੂੰ 300 ਕਿਲੋ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨਸ਼ਾ ਜੰਮੂ ਕਸ਼ਮੀਰ ਤੋਂ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਸਪਲਾਈ ਕਰਨ ਲਈ ਆਏ ਸਨ, ਪਰ ਇਸ ਤੋਂ ਪਹਿਲਾਂ ਹੀ ਸੀਆਈਏ ਸਟਾਫ ਨੇ ਇਹਨਾਂ ਨੂੰ ਨਾਕੇਬੰਦੀ ਦੌਰਾਨ ਕਾਬੂ ਕਰ ਲਿਆ ਅਤੇ ਇਹਨਾਂ ਪਾਸੋਂ 300 ਕਿਲੋ ਚੂਰਾ ਪੋਸਤ ਵੀ ਬਰਾਮਦ ਕੀਤਾ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇੱਦਾਂ ਸਾਡੇ ਕੋਲ ਕੱਲ੍ਹ ਦੀ ਇੱਕ ਇਨਫੋਰਮੇਸ਼ਨ ਸੀ ਕਿ ਸ਼੍ਰੀਨਗਰ ਤੋਂ ਇੱਕ ਜਿਹੜਾ ਟਰੱਕ ਹੈ JK13D0806 ਜਿਹੜਾ ਇਹ ਚੱਲਿਆ ਹੋਇਆ ਅਤੇ ਇਹਦੇ ਵਿੱਚ ਕਾਫ਼ੀ ਮਾਤਰਾ ਵਿੱਚ ਜਿਹੜੀ ਆ ਚੂਰਾ ਪੋਸਤ ਹੈ OPSK ਹੈ, ਜਿਸ ਦੇ ਸੰਬੰਧ ਵਿੱਚ ਸਾਡੀ ਰਾਤ ਤੋਂ ਹੀ ਤਿਆਰੀ ਸੀ ਕਿ ਇਹ ਟਰੱਕ ਜਦੋਂ ਵੀ ਸਾਡੇ ਪੰਜਾਬ 'ਚ ਐਂਟਰ ਕਰਦਾ ਜਾਂ ਸਾਡੇ ਜੂਰੀਡਿਕਸ਼ਨ 'ਚ ਆਉਂਦਾ ਹੈ ਅਤੇ ਅਸੀਂ ਇਹਨੂੰ ਪਕੜ ਕੇ ਅਤੇ ਇੱਥੋਂ ਜਿਹੜਾ ਚੂਰਾ ਪੋਸਤ ਪ੍ਰਾਪਤ ਬਰਾਮਦ ਕਰਾਂਗੇ।